ਹਾਂਜੀ, ਸਤਿ ਸ਼੍ਰੀ ਅਕਾਲ ਸਾਥੀਓ, ਮੈਂ ਡਾਕਟਰ ਹਰਮਨ ਜੀਰਾ। ਦੋਸਤੋ, ਅੱਜ ਜਿਹੜੇ ਨੁਸਖੇ ਬਾਰੇ ਅਸੀਂ ਜਾਣਨ ਲੱਗੇ ਹਾਂ, ਉਹ ਸਾਡੇ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਏ ਅਤੇ ਸਾਡੇ ਖੂਨ ਦੀਆਂ ਨਸਾਂ 'ਚ ਜਿਹੜਾ ਕਲੋਟ ਬਣ ਜਾਂਦਾ ਏ ਉਹਨੂੰ ਵੀ ਬਣਨੋਂ ਰੋਕਦਾ ਏ ਅਤੇ ਸਾਡੀ ਬਲੱਡ ਸਰਕੂਲੇਸ਼ਨ ਨੂੰ ਵਧੀਆ ਬਣਾਉਂਦਾ ਏ। ਸੋ ਕਲੋਟ ਬਣਨ ਕਰਕੇ ਬਣਦਾ ਕਿਉਂ ਆ ਦੋਸਤੋ? ਜਿਹੜਾ ਕਲੋਟ ਬਣਦਾ ਏ, ਜਦੋਂ ਸਾਡੀਆਂ ਜਿਹੜੀਆਂ ਆਰਟਰੀਜ਼ ਆ, ਜਿਨ੍ਹਾਂ ਨੂੰ ਧਮਣੀਆਂ ਕਹਿੰਦੇ ਹਾਂ, ਜਿਹੜੀਆਂ ਖੂਨ ਦੀਆਂ ਨਸਾਂ ਸਾਡੇ ਦਿਲ ਤੋਂ ਸਰੀਰ ਦੇ ਵੱਖ ਵੱਖ ਹਿੱਸਿਆਂ 'ਚ ਖੂਨ ਨੂੰ ਲੈ ਕੇ ਜਾਂਦੀਆਂ, ਇਨਫਲਾਮੇਸ਼ਨ ਦੇ ਕਰਕੇ ਉਹਨਾਂ ਦੇ ਵਿੱਚ ਛੋਟੀ ਛੋਟੀ ਜਿਹੜੀ ਕਹਿ ਲਓ ਮਾਈਕਰੋ ਇੰਜਰੀਜ਼ ਹੁੰਦੀਆਂ ਏ, ਜਿਹੜੇ ਛੋਟੇ ਛੋਟੇ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਵਾਰ ਵਾਰ ਵੀਅਰ ਐਂਡ ਟੀਅਰ ਕਰਕੇ, ਟੁੱਟ ਭੱਜ ਕਰਕੇ, ਇਨਫਲਾਮੇਸ਼ਨ ਕਰਕੇ, ਜਿਹਦੇ ਕਰਕੇ ਉੱਥੇ ਫਾਈਬਰਿਨ, ਕੈਲਸ਼ੀਅਮ, ਇਹਦੇ ਨਾਲ ਨਾਲ ਕੋਲੈਸਟ੍ਰੋਲ ਵਰਗੇ ਜਿਹੜੇ ਪਦਾਰਥ ਆ ਉਹ ਜੰਮਣੇ ਸ਼ੁਰੂ ਹੋ ਜਾਂਦੇ ਆ, ਅਤੇ ਉਹਨਾਂ ਦੇ ਹੌਲੀ ਹੌਲੀ ਵਧਣ ਦੇ ਨਾਲ ਉੱਥੇ ਕਲੋਟ ਜਿਹੜਾ ਉਹ ਵੱਡਾ ਹੋਣ ਲੱਗ ਜਾਂਦਾ ਏ ਅਤੇ ਉਹ ਨਸਾਂ ਦਾ ਜਿਹੜਾ ਰਸਤਾ ਏ ਉਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਰਸਤਾ। ਸੋ ਜਿਹੜੇ ਅਸੀਂ ਨੁਸਖੇ ਬਾਰੇ ਜਾਣਾਂਗੇ, ਉਹ ਇਸ ਕਲੋਟ ਨੂੰ ਵੀ ਖੋਲ੍ਹਦਾ ਏ, ਇਹਨਾਂ ਦਾ ਨਸਾਂ ਦਾ ਜਿਹੜਾ ਰਾਹ ਏ ਉਹਨੂੰ ਵੀ ਖੋਲ੍ਹਦਾ ਅਤੇ ਬਲੱਡ ਦੀ ਜਿਹੜੀ ਸਰਕੂਲੇਸ਼ਨ ਆ ਉਹ ਵਧੀਆ ਹੁੰਦੀ ਆ। ਸੋ ਇੱਕ ਛੋਟੀ ਜਿਹੀ ਰਿਕੁਐਸਟ ਆ ਵੀ ਆਪਣਾ ਜਿਹੜਾ ਯੂਟਿਊਬ ਚੈਨਲ ਡਾਕਟਰ ਹਰਮਨ ਜੀ ਰਾਏ ਨੂੰ ਸਬਸਕ੍ਰਾਈਬ ਕਰ ਲਿਓ, ਤਾਂ ਜੋ ਅੱਗੇ ਵੀ ਸਿਹਤ ਨੂੰ ਲੈ ਕੇ ਜਿਹੜੀਆਂ ਵੀਡੀਓਜ਼ ਦੱਸਣੀਆਂ ਤੁਹਾਨੂੰ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ। ਸੋ ਆਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਵੀ ਇਹ ਨੁਸਖੇ ਦੇ ਵਿੱਚ ਅਸੀਂ ਕਿਹੜੇ ਕਿਹੜੇ ਇਨਗਰੀਡੀਐਂਟਸ, ਕਿਹੜੀਆਂ ਕਿਹੜੀਆਂ ਚੀਜ਼ਾਂ ਲੈਣੀਆਂ ਅਤੇ ਇਹਨੂੰ ਬਣਾਉਣਾ ਕਿਵੇਂ ਆ ਅਤੇ ਵਰਤੋਂ ਇਹਦੀ ਸਹੀ ਤਰੀਕਾ ਕਿਹੜਾ ਹੈ ਇਹਨੂੰ ਵਰਤੋਂ ਕਰਨ ਦਾ। ਦੋਸਤੋ, ਇਸ ਨੁਸਖੇ ਦੇ ਵਿੱਚ ਅਸੀਂ ਲਸਣ ਲੈਣਾ ਹੈ, ਅਦਰਕ ਲੈਣਾ ਹੈ, ਸ਼ਹਿਦ ਲੈਣਾ ਹੈ, ਨਿੰਬੂ ਲੈਣਾ ਹੈ ਅਤੇ ਸੇਬ ਦਾ ਜਿਹੜਾ ਸਿਰਕਾ ਉਹ ਲੈਣਾ। ਦੋਸਤੋ, ਲਸਣ ਦੇ ਵਿੱਚ ਐਲੀਸਨ ਨਾਂ ਦਾ ਜਿਹੜਾ ਪਦਾਰਥ ਹੁੰਦਾ ਹੈ ਇਹ ਐਂਟੀ ਇਨਫਲਾਮੇਟਰੀ ਗੁਣ ਵੀ ਰੱਖਦਾ ਏ, ਐਂਟੀ ਆਕਸੀਡੈਂਟ ਗੁਣ ਵੀ ਰੱਖਦਾ, ਜਿਹੜਾ ਸਾਡੇ ਨਸਾਂ ਦੇ ਵਿੱਚੋਂ ਸੋਜ, ਇਨਫਲਾਮੇਸ਼ਨ ਘਟਾਉਂਦਾ ਏ, ਜਿਹਦੇ ਕਰਕੇ ਪਲੈਕ ਬਣਨ ਦੀ, ਕਲੋਟ ਬਣਨ ਦੀ ਉੱਥੇ ਜਿਹੜੀ ਦਿੱਕਤ ਆ ਉਹ ਨਹੀਂ ਆਉਂਦੀ। ਇਹਦੇ ਨਾਲ ਨਾਲ ਇੱਕ ਮਾੜਾ ਜਿਹੜਾ ਕੋਲੈਸਟ੍ਰੋਲ LDL ਉਹਨੂੰ ਵੀ ਘਟਾਉਂਦਾ ਏ, ਨਸਾਂ ਨੂੰ ਅੰਦਰੋਂ ਸਾਫ਼ ਕਰਦਾ ਏ, ਨਸਾਂ ਦਾ ਜਿਹੜਾ ਰਾਹ ਏ ਉਹ ਖੋਲ੍ਹਦਾ ਏ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਏ। ਸੋ ਜਿਹੜਾ ਲਸਣ ਆ ਇਹ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨਿਆ ਗਿਆ ਏ, ਸਾਨੂੰ ਹਾਰਟ ਅਟੈਕ ਦੇ ਰਿਸਕ ਤੋਂ ਵੀ ਬਚਾ ਕੇ ਰੱਖਦਾ, ਕਿਉਂਕਿ ਖੂਨ ਜੰਮਣ ਕਰਕੇ ਜਿਹੜਾ ਹਾਰਟ ਅਟੈਕ ਦਾ ਜਾਂ ਦਿਮਾਗ ਦੀ ਨਾੜੀ ਫਟਣ ਦਾ ਜਿਹੜਾ ਰਿਸਕ ਆ ਉਹ ਵੱਧ ਜਾਂਦਾ ਏ। ਫਿਰ ਖੂਨ ਜਦੋਂ ਨਸਾਂ ਦੇ ਰਾਹ 'ਚ ਜੰਮਣ, ਕਹਿ ਲਓ ਵੀ ਕਲੋਟ ਬਣਨਾ ਸ਼ੁਰੂ ਹੋ ਜਾਂਦਾ ਏ, ਖੂਨ ਜੰਮਣਾ ਸ਼ੁਰੂ ਹੋ ਜਾਂਦਾ, ਤਾਂ ਮਰੀਜ਼ ਦਾ ਸਾਹ ਚੜ੍ਹਨਾ ਵੀ ਸ਼ੁਰੂ ਹੋ ਜਾਂਦਾ ਏ, ਦਿਲ ਦੇ ਰੋਗਾਂ ਦਾ ਜਿਹੜਾ ਖਤਰਾ ਵੱਧ ਜਾਂਦਾ ਏ। ਸੋ ਲਸਣ ਤੋਂ ਬਾਅਦ ਅਸੀਂ ਲੈਣਾ ਏ ਅਦਰਕ। ਦੋਸਤੋ, ਅਦਰਕ ਵਿੱਚ ਵੀ ਜਿੰਜਰੋਲ ਨਾਂ ਦਾ ਜਿਹੜਾ ਪਦਾਰਥ ਆ ਇਹ ਐਂਟੀ ਇਨਫਲਾਮੇਟਰੀ ਅਤੇ ਐਂਟੀ ਆਕਸੀਡੈਂਟ ਗੁਣ ਰੱਖਦਾ ਏ, ਜਿਹੜਾ ਸਾਡੀਆਂ ਨਸਾਂ ਦਾ ਜਿਹੜਾ ਰਾਹ ਏ ਉਹਨਾਂ ਨੂੰ ਵੀ ਖੋਲ੍ਹਦਾ ਅਤੇ ਇਹਨਾਂ ਵਿਚਲੀ ਜਿਹੜੀ ਇਨਫਲਾਮੇਸ਼ਨ ਆ ਨਸਾਂ ਵਿਚਲੀ ਉਹ ਵੀ ਘੱਟ ਹੁੰਦੀ ਆ। ਸੋ ਅਦਰਕ ਵੀ ਬਹੁਤ ਵਧੀਆ ਏ ਸਾਡੀਆਂ ਨਸਾਂ ਦੀ ਬਲੋਕੇਜ ਨੂੰ ਖੋਲ੍ਹਣ ਵਾਸਤੇ। ਇਹਦੇ ਨਾਲ ਨਾਲ ਜਿਹੜਾ ਸੇਬ ਦਾ ਸਿਰਕਾ ਏ, ਸੇਬ ਦਾ ਸਿਰਕਾ ਵੀ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਕਰਦਾ ਏ, ਐਂਟੀ ਇਨਫਲਾਮੇਟਰੀ ਗੁਣ ਵੀ ਹੁੰਦੇ ਅਤੇ ਐਂਟੀ ਆਕਸੀਡੈਂਟ ਗੁਣ ਵੀ ਹੁੰਦੇ ਆ। ਸੋ ਸੇਬ ਦਾ ਸਿਰਕਾ ਵੀ ਬਹੁਤ ਫਾਇਦੇਮੰਦ ਆ ਸਾਡੇ ਹਾਰਟ ਵਾਸਤੇ, ਇਹ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ, ਜਿਹੜਾ ਮਾੜਾ ਕੋਲੈਸਟ੍ਰੋਲ LDL ਉਹਨੂੰ ਵੀ ਘਟਾਉਂਦਾ ਏ। ਸੇਬ ਦੇ ਸਿਰਕੇ ਦੇ ਨਾਲ ਨਾਲ ਸ਼ਹਿਦ ਇੱਕ ਕੁਦਰਤੀ ਮਿੱਠਾ ਏ, ਸ਼ਹਿਦ ਵੀ ਐਂਟੀ ਇਨਫਲਾਮੇਟਰੀ ਗੁਣ ਰੱਖਦਾ ਏ, ਐਂਟੀ ਮਾਈਕਰੋਬੀਅਲ ਗੁਣ ਵੀ ਹੁੰਦੇ, ਸਾਡੀ ਇਮਿਊਨਿਟੀ ਨੂੰ ਵੀ ਵਧਾਉਂਦਾ ਏ, ਅਤੇ ਸਾਥੀਓ ਸ਼ਹਿਦ ਵੀ ਸਾਡੀਆਂ ਨਸਾਂ ਦੀ ਬਲੋਕੇਜ ਨੂੰ ਖੋਲ੍ਹਣ ਵਾਸਤੇ ਸਾਡੀ ਬਹੁਤ ਸਹਾਇਤਾ ਕਰਦਾ ਏ। ਇਹਦੇ ਨਾਲ ਨਾਲ ਸ਼ਹਿਦ ਦੇ ਨਾਲ ਅਸੀਂ ਜਿਹੜੇ ਨਿੰਬੂ ਲਿਆ ਏ, ਨਿੰਬੂ 'ਚ ਵਿਟਾਮਿਨ C ਹੁੰਦਾ,
ਸੋ ਵਿਟਾਮਿਨ ਸੀ ਵੀ ਇੱਕ ਬੜਾ ਵਧੀਆ ਐਂਟੀਆਕਸੀਡੈਂਟ ਆ। ਵਿਟਾਮਿਨ ਸੀ ਵੀ ਸਾਡੇ ਕੋਲੈਸਟ੍ਰੋਲ ਨੂੰ ਵੀ ਘਟਾਉਂਦਾ ਏ ਅਤੇ ਸਾਡੀਆਂ ਬੰਦ ਨਸਾਂ ਨੂੰ ਖੋਲ੍ਹਣ 'ਚ ਵੀ ਸਾਡੀ ਸਹਾਇਤਾ ਕਰਦਾ ਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਬਣਾਉਣਾ ਕਿਵੇਂ ਆ? ਤੁਸੀਂ 4 ਤੋਂ 5 ਕਲੀਆਂ ਲਸਣ ਦੀਆਂ ਲੈਣੀਆਂ ਏ, ਇਹਨਾਂ ਨੂੰ ਵਧੀਆ ਤਰੀਕੇ ਨਾਲ ਛਿੱਲ ਲਓ। ਇਹਦੇ ਨਾਲ ਤੁਸੀਂ 2 ਇੰਚ ਦਾ ਕਹਿ ਲਓ ਵੀ ਅਦਰਕ ਦਾ ਟੁਕੜਾ ਲੈ ਲਓ ਜਾਂ 3 ਤੋਂ 4 ਇੰਚ ਦਾ ਲੈ ਲਓ, ਤਾਂ ਇਹਨੂੰ ਬਰੀਕ ਕੱਟ ਕੇ ਇਹਦੀ ਪੇਸਟ ਬਣਾ ਲਓ। ਅਤੇ ਇਹਦੇ ਨਾਲ ਨਾਲ 4 ਨਿੰਬੂ ਲੈ ਲਓ ਮੀਡੀਅਮ ਸਾਈਜ਼ ਦੇ, ਉਹਨਾਂ ਨੂੰ ਨਿਚੋੜ ਲਓ। 1 ਕੱਪ ਤੁਸੀਂ ਸ਼ਹਿਦ ਦਾ ਲੈਣਾ ਹੈ, 1 ਕੱਪ ਸੇਬ ਦਾ ਸਿਰਕਾ ਲੈਣਾ ਹੈ। ਸੋ ਇਹ ਸਾਰੇ ਮਿਸ਼ਰਣ ਨੂੰ ਤੁਸੀਂ ਮਿਕਸ ਕਰ ਲਓ, ਮਿਲਾ ਲਓ। ਇਹਨਾਂ ਨੂੰ ਇੱਕ ਏਅਰ ਟਾਈਟ ਬਰਤਨ ਦੇ ਵਿੱਚ ਕੱਚ ਦੇ ਭਾਂਡੇ 'ਚ ਰੱਖ ਲਓ। ਅਤੇ ਇਸ ਤੋਂ ਬਾਅਦ ਇਹਦਾ ਜਿਹੜਾ ਸੇਵਨ ਆ, ਸਵੇਰੇ ਖਾਲੀ ਪੇਟ ਨਿਰਣੇ ਕਾਲ ਜੇ ਕਰਨਾ ਹੈ ਤੁਸੀਂ ਰੋਟੀ ਤੋਂ ਪਹਿਲਾਂ, ਇਹਦੇ ਨਾਲ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਲੈ ਸਕਦੇ ਜਾਂ ਰਾਤ ਦੇ ਖਾਣੇ ਤੋਂ ਬਾਅਦ ਵੀ ਇਹਦਾ ਸੇਵਨ ਕਰਨਾ। ਤਾਂ ਜ਼ਰੂਰੀ ਗੱਲ ਹੈ ਜਿਹੜੀ 1 ਚਮਚਾ ਜਿਹੜਾ ਤੁਸੀਂ ਵੱਡੇ ਗਲਾਸ ਕੋਸੇ ਜੇ ਪਾਣੀ ਦੇ ਵਿੱਚ ਮਿਲਾ ਕੇ ਇਹਨੂੰ ਪੀਣਾ ਹੈ, ਸਿੱਧਾ ਉਸੇ ਤਰ੍ਹਾਂ ਨਹੀਂ ਲੈਣਾ ਕਿਉਂਕਿ ਇਹਦੀ ਜਿਹੜੀ ਤਸੀਰ ਆ ਉਹ ਵੀ ਬੜੀ ਤੇਜ਼ ਆ ਅਤੇ ਤੁਹਾਡੇ ਗਲੇ 'ਚ ਵੀ ਜਲਨ ਕਰ ਸਕਦਾ ਹੈ, ਜ਼ਖਮ ਕਰ ਸਕਦਾ ਜੇ ਤੁਸੀਂ ਇਹਨੂੰ ਸਿੱਧਾ ਲਓਗੇ। ਤਾਂ ਇਹਨੂੰ ਤੁਸੀਂ 1 ਵੱਡੇ ਗਲਾਸ ਗੁਣਗਣੇ ਜੇ ਪਾਣੀ 'ਚ ਮਿਲਾ ਕੇ ਲਓ, ਇਹਦਾ 1 ਚਮਚਾ ਸਵੇਰੇ ਸ਼ਾਮ ਇਹਦਾ ਸੇਵਨ ਕਰੋ। ਅਤੇ ਖਾਸ ਗੱਲ ਜਿਹੜੇ ਸ਼ੂਗਰ ਦੇ ਮਰੀਜ਼ ਇਸ ਨੁਸਖੇ ਦਾ ਪਰਹੇਜ਼ ਕਰਨ ਕਿਉਂਕਿ ਅਸੀਂ ਇਹਦੇ ਵਿੱਚ ਸ਼ਹਿਦ ਦੀ ਵਰਤੋਂ ਕੀਤੀ ਆ। ਸੋ ਸਾਥੀਓ, ਜਾਣਕਾਰੀ ਨੂੰ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਪਹੁੰਚਾਇਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਕੁਦਰਤੀ ਤਰੀਕੇ ਨਾਲ ਇਸ ਨੁਸਖੇ ਦਾ ਲਾਭ ਮਿਲੇ ਕਿਉਂਕਿ ਇਹ ਸਾਡੇ ਕੋਲੈਸਟ੍ਰੋਲ ਨੂੰ ਵੀ ਘਟਾਉਂਦਾ ਏ, ਸਾਡੇ ਬਲੋਕੇਜ ਦਾ ਡਰ ਜਿਹੜਾ ਖਤਰਾ ਉਹ ਵੀ ਘਟਦਾ ਏ ਨਸਾਂ 'ਚ, ਅਤੇ ਸਾਡੇ ਦਿਲ ਦੀ ਸਿਹਤ ਲਈ ਬਹੁਤ ਵਧੀਆ ਇਹ ਨੁਸਖਾ, ਅਤੇ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਘਟਾਉਂਦਾ ਏ। ਸੋ ਆ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਅਤੇ ਆਪਣਾ ਜਿਹੜਾ ਪੇਜ ਹੈ ਇਹਨੂੰ ਸਬਸਕ੍ਰਾਈਬ ਕਰ ਲਓ। ਸੋ ਇਜਾਜ਼ਤ ਦਿਓ, ਧੰਨਵਾਦ।